सत श्री अकाल जी सारियां नूं स्वागत करती हाँ। मैं तुहाडा अपने चैनल मैथ विद सुमनप्रीत कौर ते मैं हाँ सुमनप्रीत कौर ते अज दी इस वीडियो दे विच असी करांगे भारतीय संविधान दे नाल रिलेटिड कुछ इंपोर्टेंट MCQ दा मॉक टेस्ट। जिहड़े भी स्टूडेंट पंजाब दे किसी भी कंपीटेटिव एग्जाम की तैयारी कर रहे हैं तो स्टूडेंट पॉइंट ऑफ व्यू तो अज वाला मॉक टेस्ट तुहाडे लई कितना ज़्यादा इंपोर्टेंट होने वाला है ते हेल्पफुल होने वाला है। इस वीडियो नूं देखण तों बाद तुहानूं अपने आप ही पता चलेगा कि इस वीडियो दे ਜੋ ਤੁਹਾਨੂੰ ਕਿੰਨੀ ਜ਼ਿਆਦਾ ਨੌਲੇਜ ਮਿਲੀ ਹੈ ਅਤੇ ਕਿੰਨਾ ਇੰਕਰੀਮੈਂਟ ਹੋਇਆ ਤੁਹਾਡੀ ਨੌਲੇਜ ਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ। ਠੀਕ ਹੈ, ਹਰ ਇੱਕ ਜੋਬ ਦੇ ਲਈ ਇੱਕ ਇੰਪੋਰਟੈਂਟ ਟੋਪਿਕ ਆ ਭਾਰਤੀ ਸੰਵਿਧਾਨ, ਤੁਹਾਨੂੰ ਵੀ ਪਤਾ ਹੈ। ਹਰੇਕ ਜੋਬ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਸਿਲੇਬਸ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ। ਅਤੇ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਨੂੰ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਅਤੇ ਹਰ ਇੱਕ ਕੁਐਸਚਨ ਨੂੰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦੇਵਾਂਗੀ। ਟੌਪ 20 MCQ ਅਸੀਂ ਇਸ ਵੀਡੀਓ ਦੇ ਵਿੱਚ ਕਵਰ ਕਰਨ ਵਾਲੇ ਹਾਂ। ਵੀਡੀਓ ਨੂੰ ਐਜ਼ ਅ ਟੈਸਟ ਮੰਨਦੇ ਹੋਏ ਤੁਹਾਨੂੰ ਤੁਸੀਂ ਆਪਣਾ 3 ਸੈਕਿੰਡ ਦੇ ਵਿੱਚ ਆਂਸਰ ਸੋਚ ਕੇ ਲਾਸਟ 'ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਗਏ। ਹਾਂਜੀ, ਕੁਐਸਚਨ ਨੰਬਰ 1, ਭਾਰਤ ਦੇ ਸੰਵਿਧਾਨ ਵਿੱਚ 5 ਸਾਲੀ ਯੋਜਨਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਹਾਂਜੀ, ਭਾਰਤ ਦੇ ਸੰਵਿਧਾਨ ਵਿੱਚ ਜੋ 5 ਸਾਲੀ ਯੋਜਨਾ ਹੈ ਉਹ ਅਸੀਂ ਕਿਹੜੇ ਦੇਸ਼ ਤੋਂ ਅਡੋਪਟ ਕੀਤੀ ਆ? ਹਾਂਜੀ, ਭਾਰਤੀ ਸੰਵਿਧਾਨ ਵਿੱਚ 5 ਸਾਲੀ ਯੋਜਨਾ ਰੂਸ ਤੋਂ ਲਈ ਗਈ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਇਸ ਤੋਂ ਇਲਾਵਾ ਰੂਸ ਤੋਂ ਹੀ ਅਸੀਂ ਮੂਲ ਕਰਤੱਬ ਵੀ ਲਏ ਆ। ਠੀਕ ਹੈ, ਮੂਲ ਕਰਤੱਬ ਦੀ ਕਿੰਨੀ ਗਿਣਤੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ, ਕਿਉਂਕਿ ਕੱਲ੍ਹ ਮੈਂ ਤੁਹਾਨੂੰ ਰੀਸੈਂਟਲੀ ਕਰਵਾਇਆ ਇਹ। ਠੀਕ ਹੈ, ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਜਾਪਾਨ ਦੀ ਤਾਂ ਕਾਨੂੰਨ ਵਿਧੀ ਦੁਆਰਾ ਸਥਾਪਿਤ ਕਰਨਾ ਅਸੀਂ ਜਾਪਾਨ ਤੋਂ ਲਿਆ ਹੈ। ਠੀਕ ਹੈ, ਅਡੋਪਟ ਕੀਤਾ ਹੈ। ਫਰਾਂਸ ਤੋਂ ਅਸੀਂ ਗਣਤੰਤਰ ਸ਼ਾਸਨ ਵਿਵਸਥਾ ਲਈ ਆ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਨੈਕਸਟ ਕੁਐਸਚਨ, ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਸੀ? ਹਾਂਜੀ, ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਰਿਪੀਟਿਡ ਕੁਐਸਚਨ ਆ ਇਹ ਕਿ ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਸੀ? ਕਾਟਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਭਾ ਦੀ ਮੰਗ ਪਹਿਲੀ ਵਾਰ ਅਧਿਕਾਰਿਤ ਰੂਪ ਨਾਲ ਕਦੋਂ ਸਵੀਕਾਰ ਕੀਤੀ ਸੀ? ਹਾਂਜੀ, ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਭਾ ਦੀ ਮੰਗ ਪਹਿਲੀ ਵਾਰ ਅਧਿਕਾਰਿਤ ਰੂਪ ਤੋਂ ਸਵੀਕਾਰ ਕੀਤੀ ਸੀ 1946 ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਭਾਰਤ ਦੇ ਸੰਵਿਧਾਨ ਵਿੱਚ ਨਿਆਂ ਸ਼ਬਦ ਨੂੰ ਕਿੱਥੇ ਜੋੜਿਆ ਗਿਆ ਹੈ? ਹਾਂਜੀ, ਭਾਰਤ ਦੇ ਸੰਵਿਧਾਨ ਦੇ ਵਿੱਚ ਨਿਆਂ ਸ਼ਬਦ ਨੂੰ ਪ੍ਰਸਤਾਵਨਾ ਦੇ ਵਿੱਚ ਜੋੜਿਆ ਗਿਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਤੇ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ? ਪ੍ਰਸਤਾਵਨਾ ਨੂੰ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ, ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਵੇਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਹੈ? ਹਾਂਜੀ, ਸੰਵਿਧਾਨ ਦੀ ਕਿਹੜੀ ਅਨੁਸੂਚੀ ਆ ਜਿਸ ਦੇ ਵਿੱਚ ਵੇਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ? ਦੂਜੀ ਅਨੁਸੂਚੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਜੇਕਰ ਅਸੀਂ ਪਹਿਲੀ ਅਨੁਸੂਚੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਨੂੰ ਭਾਰਤ ਸੰਘ ਅਤੇ ਰਾਜਾਂ ਦੇ ਖੇਤਰਾਂ ਦੀ ਜਾਣਕਾਰੀ ਮਿਲਦੀ ਆ। ਦੂਜੀ ਅਨੁਸੂਚੀ ਦੇ ਵਿੱਚ ਸਾਨੂੰ ਵੇਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ। ਤੀਸਰੀ ਅਨੁਸੂਚੀ ਦੇ ਵਿੱਚ ਸਾਨੂੰ ਸਹੁੰ ਚੁੱਕਣ ਸੰਬੰਧੀ ਜਾਣਕਾਰੀ ਮਿਲਦੀ ਆ। ਪੰਜਵੀਂ ਅਨੁਸੂਚੀ ਦੇ ਵਿੱਚ ਸਾਨੂੰ ਅਨੁਸੂਚਿਤ ਜਨਜਾਤੀਆਂ ਦੇ ਸ਼ਾਸਨ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਆ। ਅਤੇ ਗੱਲ ਦਾ ਧਿਆਨ ਰੱਖਣਾ, ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ ਸੰਵਿਧਾਨ ਦੇ ਵਿੱਚ 8 ਅਨੁਸੂਚੀਆਂ ਸੀ ਅਤੇ ਐਟ ਪ੍ਰੈਜੈਂਟ ਕਿੰਨੀਆਂ ਨੇ? 12। ਨੈਕਸਟ ਕੁਐਸਚਨ, ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਪੰਚਾਇਤੀ ਰਾਜ ਸੰਬੰਧੀ ਜਾਣਕਾਰੀ ਮਿਲਦੀ ਹੈ? ਹਾਂਜੀ, ਪੰਚਾਇਤੀ ਰਾਜ ਸੰਬੰਧੀ ਜਾਣਕਾਰੀ ਸੰਵਿਧਾਨ ਦੀ 11ਵੀਂ ਅਨੁਸੂਚੀ ਦੇ ਵਿੱਚ ਮਿਲਦੀ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਦੇਖੋ, ਪਹਿਲੀ ਅਨੁਸੂਚੀ ਦੇ ਵਿੱਚ ਭਾਰਤ ਸੰਘ ਅਤੇ ਰਾਜਾਂ ਦੇ ਖੇਤਰਾਂ ਦੀ ਜਾਣਕਾਰੀ ਮਿਲਦੀ ਆ। ਦੂਸਰੀ ਅਨੁਸੂਚੀ ਦੇ ਵਿੱਚ ਵੇਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ। ਤੀਸਰੀ ਅਨੁਸੂਚੀ ਦੇ ਵਿੱਚ ਸਹੁੰ ਚੁੱਕਣ ਸੰਬੰਧੀ ਜਾਣਕਾਰੀ ਮਿਲਦੀ ਆ। ਪੰਜਵੀਂ ਅਨੁਸੂਚੀ ਦੇ ਵਿੱਚ ਜਨਜਾਤੀਆਂ ਦੇ ਸ਼ਾਸਨ ਪ੍ਰਬੰਧਨ ਦੀ ਜਾਣਕਾਰੀ ਮਿਲਦੀ ਆ। 11ਵੀਂ ਅਨੁਸੂਚੀ ਦੇ ਵਿੱਚ ਪੰਚਾਇਤੀ ਰਾਜ ਸੰਬੰਧੀ ਜਾਣਕਾਰੀ ਮਿਲਦੀ ਆ। 10ਵੀਂ ਅਨੁਸੂਚੀ ਦੇ ਵਿੱਚ ਦਲ ਬਦਲਣ ਸੰਬੰਧੀ ਜਾਣਕਾਰੀ ਮਿਲਦੀ ਆ। 8ਵੀਂ ਅਨੁਸੂਚੀ ਦੇ ਵਿੱਚ 22 ਭਾਸ਼ਾਵਾਂ ਸੰਬੰਧੀ ਜਾਣਕਾਰੀ ਮਿਲਦੀ ਆ। ਇਹਨਾਂ ਤੁਸੀਂ ਯਾਦ ਰੱਖਣਾ ਅਨੁਸੂਚੀਆਂ ਬਾਰੇ। ਨੈਕਸਟ ਕੁਐਸਚਨ, ਭਾਰਤੀ ਸੰਵਿਧਾਨ ਨੂੰ ਕਦੋਂ ਲਾਗੂ ਕੀਤਾ ਗਿਆ ਸੀ? ਹਾਂਜੀ, ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ ਸੀ?
26 जनवरी 1950। ऑप्शन नंबर सी इज़ द राइट आंसर। नैक्सट क्वेश्चन, संविधान सभा द्वारा भारत के पहले राष्ट्रपति कौन चुने गए सन? हाँ जी, संविधान सभा द्वारा भारत के पहले राष्ट्रपति डॉक्टर राजेंद्र प्रसाद बने सी। ऑप्शन नंबर ए इज़ द राइट आंसर। तो कदों चुने गए सी? 24 जनवरी 1950 में चुने गए सी। तो भारत के पहले प्रधानमंत्री कौन सन? पंडित जवाहर लाल नेहरू। ठीक है, इस तो इलावा भारत के पहले सिक्ख्या मंत्री कौन सन? मौलाना अबुल कलाम आज़ाद। तो भारत के पहले वित्त मंत्री कौन सन? आर के सनमुख सैठी। तो भारत के पहले रक्षा मंत्री कौन सन? बलदेव सिंह। भारत के पहले रेलवे मंत्री सन? यौन मिथाई। तो भारत के पहले योजना मंत्री से? गुलजारी लाल नंदा। नैक्सट क्वेश्चन, भारत के पहले प्रधानमंत्री कौन सन? हाँ जी, भारत के पहले प्रधानमंत्री सन पंडित जवाहर लाल नेहरू। ऑप्शन नंबर सी इज़ द राइट आंसर। नैक्सट क्वेश्चन, हेठ लिखियां विचों केड़ी शक्ति अमेरिका देश तो ली गई आ? हाँ जी, इन्हां दे विचों केड़ी शक्ति असी अमेरिका तो ली आ? अमेरिका देश तो असी मूल अधिकार ले आ, उपराष्ट्रपति का पद लिया वा, राष्ट्रपति उपर महादोष की प्रक्रिया ली आ, जाने कि उपरोक्त सारे ही असी अमेरिका तो ले आ। ऑप्शन नंबर डी इज़ द राइट आंसर। नैक्सट क्वेश्चन, संघात्मक शासन व्यवस्था संविधान विच किस देश तो ली गई है? हाँ जी, संघात्मक शासन व्यवस्था संविधान विच किहड़े देश तो ली गई है? कैनेडा तो अडोप्ट की गई है। ऑप्शन नंबर ए इज़ द राइट आंसर। इस तो इलावा कैनेडा तो असी बिल सुरक्षित रखना, केंद्र ते राज्यां दे विच संबंध कायम रखना, रेजिड्यूल पावर की जानकारी भी कैनेडा तो ही अडोप्ट की आ। नैक्सट क्वेश्चन, संविधान का केड़ा भाग नागरिकता संबंधी जानकारी दिंदा है? हाँ जी, संविधान का केड़ा भाग आ जिहड़ा नागरिकां संबंधी जानकारी दिंदा है? भाग दो। ऑप्शन नंबर ए इज़ द राइट आंसर। इस तो इलावा नागरिकां संबंधी जिहड़ी जानकारी है वो आर्टिकल 5 से 11 तक मिलती आ। आर्टिकल 5 से 11 नागरिकता नाल संबंधित आ, आर्टिकल 12 से 35 मूल अधिकार नाल संबंधित आ, आर्टिकल 51 ए मूल कर्तव्य दे नाल संबंधित आ, ते मूल कर्तव्य दी गिनती 11 है। ठीक है, राजां दी नीति दे निर्देश तत्त दी जिहड़ी गिनती आ वो किन्नी आ? 36 से 51 तक आर्टिकल दे विच दर्ज आ। हाँ जी, नैक्सट क्वेश्चन असीं करदे आ, संविधान दे किहड़े भाग विच राज भाषा दी जानकारी दित्ती गई है? हाँ जी, संविधान दा किहड़ा भाग आ जिस दे विच राज भाषा दी जानकारी दित्ती गई आ? भाग 17। ऑप्शन नंबर डी इज़ द राइट आंसर। इस तो इलावा भाग 18 दे विच आपातकाल संबंधी जानकारी मिलती है, तो भाग 15 दे विच निर्वाचन आयोग की जानकारी मिलती है, भाग 20 दे विच संविधान संशोधन की जानकारी मिलती है, भाग 3 नूं मैगना कार्टा भी कहा जाता है संविधान का, तो भाग 9 दे विच पंचायती राज संबंधी जानकारी है जिहड़ी सानूं 11वीं अनुसूची दे विच ही मिलती है। इस गल का भी तुसीं ध्यान रखना केड़ी अनुसूची दे विच मिलती है? 11वीं दे विच। ठीक है, हाँ जी, नैक्सट क्वेश्चन, कैबिनेट मिशन योजना का गठन कदों होया? कैबिनेट मिशन योजना का गठन 1946 दे विच होया। ऑप्शन नंबर ए इज़ द राइट आंसर। नैक्सट क्वेश्चन, गठन समय संविधान सभा दे कुल किन्ने मैंबर सन? हाँ जी, गठन समय संविधान सभा दे टोटल 399 मैंबर सन। ऑप्शन नंबर सी इज़ द राइट आंसर। तो 292 मैंबर ब्रिटिश प्रांतां दे सी जिन्हां दे विचों, ते 93 मैंबर देसी रियासतां दे सी। नैक्सट क्वेश्चन, अंतिम सरकार दा गठन किस दी प्रधानगी हेठ किया गया सी? हाँ जी, अंतरिम सरकार दी दा गठन आ जिहड़ा वो किस दी प्रधानगी हेठ किया गया सी? पंडित जवाहर लाल नेहरू दी प्रधानगी हेठ। ऑप्शन नंबर सी इज़ द राइट आंसर। तो अंतिम सरकार दा जिहड़ा गठन आ वह कदों होया सी? 2 सितंबर 1946 दे विच। ते इस सरकार दे विच मुस्लिम नेतावां ने भाग नहीं लिया सी। हाँ जी, नैक्सट क्वेश्चन, संविधान सभा की पहली बैठक के अस्थाई चेयरमैन कौन सन? हाँ जी, संविधान सभा की पहली बैठक के अस्थाई चेयरमैन सन डॉक्टर सचिदानंद सिन्हा। ऑप्शन नंबर बी इज़ द राइट आंसर। तो जी पहली बैठक आई कदों हुई सी? 9 दसंबर 1946 हुई सी। इस तो इलावा संविधान सभा की जी दूजी बैठक आ वह 11 दसंबर 1946 हुई सी। तो संविधान सभा की दूजी बैठक के स्थाई रूप के चेयरमैन बन गए सन डॉक्टर राजेंद्र प्रसाद। हाँ जी, नैक्सट क्वेश्चन, भारतीय संविधान सभा विच कुल किन्नियां इस्त्रियां सन?
हाँ जी, भारतीय संविधान सभा दे विच टोटल 15 इस्त्रियां सन। ऑप्शन नंबर डी इज़ द राइट आंसर। नैक्सट क्वेश्चन, भारत के संविधान नूं तैयार करन विच लगभग किन्ना समां लग्गिया सी? हाँ जी, भारत के संविधान नूं तैयार करन दे विच 2 साल 11 महीने 18 दिन लगे सी, जाने कि लगभग 3 साल का समा लग चुकया है। ऑप्शन नंबर बी इज़ द राइट आंसर। तो भारतीय संविधान नूं तैयार करन दे लई किन्नी लागत आई सी? 6.4 करोड़ का खर्चा आया सी। तो भारतीय संविधान 26 नवंबर 1949 नूं बन के पूरा तैयार हो गया सी। हाँ जी, नैक्सट क्वेश्चन, संविधान सभा का स्वरूप तैयार करने कुल किन्ने दिन बहस चली? वेरी इंपोर्टेंट, संविधान सभा का स्वरूप तैयार करने के लिए 114 दिन बहस चली सी। ऑप्शन नंबर डी इज़ द राइट आंसर। हाँ जी, इस दिन ही साड़ी आज दी ये वीडियो खत्म हुंदी है। तो वीडियो तुहानू किस तरह की लगी कृपा करके कमेंट बॉक्स के जरूर दस देना। जेकर वीडियो चंगी लगी हो प्लीज़ वीडियो लाइक और शेयर जरूर कर देना। धन्यवाद जी, थैंक्स फॉर वॉचिंग।